ਮਾਣਯੋਗ ਸੀਐਮ ਸਾਹਿਬ ਪੰਜਾਬ, ਮਾਣਯੋਗ ਡੀਜੀ ਸਾਹਿਬ ਪੰਜਾਬ ਅਤੇ ਮਾਣਯੋਗ ਐਸਐਸਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਿਸ ਵਚਨਬੱਧ ਹੈ ਕਿ ਬਠਿੰਡਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਾਇਆ ਜਾਵੇ। ਇਸ ਲਈ ਅਸੀਂ ਜੰਗੀ ਪੱਧਰ 'ਤੇ ਨਸ਼ਾ ਤਸਕਰਾਂ ਦੇ ਖਿਲਾਫ਼ ਮੁਹਿੰਮ ਛੇੜੀ ਹੋਈ ਹੈ, ਜਿਸ ਦੇ ਤਹਿਤ ਵੱਡੀ ਪੱਧਰ 'ਤੇ ਪਰਚੇ ਦਰਜ ਕਰਕੇ ਨਸ਼ਾ ਤਸਕਰਾਂ ਤੋਂ ਰਿਕਵਰੀ ਕਰਵਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ। ਇਸ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ, ਹੋਰ ਇਫੈਕਟਿਵ ਬਣਾਉਣ ਲਈ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਜੋ ਕਾਲੀ ਕਮਾਈ ਉਹਨਾਂ ਵੱਲੋਂ ਯੂਜ਼ ਕਰਕੇ ਜੋ ਪ੍ਰੋਪਰਟੀਆਂ ਬਣਾਈਆਂ ਗਈਆਂ, ਜਿਵੇਂ ਕਿ ਜ਼ਮੀਨ ਹੋਵੇ, ਚਾਹੇ ਉਹ ਦੁਕਾਨ ਹੋਵੇ, ਚਾਹੇ ਉਹ ਗੱਡੀ ਹੋਵੇ, ਚਾਹੇ ਮੋਟਰਸਾਈਕਲ ਹੋਵੇ, ਉਹਨਾਂ ਨੂੰ ਵੀ ਅਸੀਂ ਫਰੀਜ਼ ਕਰਾਉਣ ਦੀ ਇੱਕ ਮੁਹਿੰਮ ਆਰੰਭੀ ਹੈ। ਉਸੇ ਤਹਿਤ ਅੱਜ ਪਿੰਡ ਡਿੱਖ ਵਿਖੇ ਇੱਕ 40 ਕਨਾਲ ਦੀ ਜਿਹੜੀ ਜ਼ਮੀਨ ਹੈਗੀ ਹੈ, ਦਲਜੀਤ ਕੌਰ ਵਾਈਫ ਆਫ ਵਿਸ਼ਾਲ ਸ਼ਰਮਾ ਉਸ ਦੀ ਮਾਲਕੀ ਹੈ। ਇਹ ਕੁੱਲ ਇਹਦੀ ਜਿਹੜੀ ਕੀਮਤ ਹੈ 58 ਲੱਖ ਹੈ। ਇਸ ਦੇ ਅਸੀਂ ਫਰੀਜ਼ਿੰਗ ਆਰਡਰ ਜਿਹੜੇ ਹੈਗੇ ਆ ਉਹ ਹਾਸਲ ਕਰਕੇ ਅੱਜ ਇਹਨੂੰ ਫਰੀਜ਼ਿੰਗ ਆਰਡਰ ਲਾਏ ਆ। ਇਹ ਜ਼ਮੀਨ ਮਾਲ ਮਹਿਕਮੇ 'ਚ ਇੰਦਰਾਜ ਕਰਵਾਇਆ ਗਿਆ, ਨਾ ਤਾਂ ਅੱਗੇ ਵੇਚ ਸਕਦੇ ਆ, ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਆ, ਅਤੇ ਨਾ ਹੀ ਇਸ 'ਤੇ ਕੋਈ ਲੋਨ ਲੈ ਸਕਦੇ ਆ। ਬਾਲਿਆਂਵਾਲੀ ਦਾ ਥਾਣੇ ਦਾ ਪਿੰਡ ਡਿੱਖ ਸਬ ਡਿਵੀਜ਼ਨ ਮੌੜ 'ਚ ਜ਼ਮੀਨ ਪੈਂਦੀ ਹੈ। ਇਸ ਮੌਕੇ 'ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦੇਣਾ ਚਾਹੁੰਦਾ ਕਿ ਇਹ ਮਾੜਾ ਕੰਮ ਛੱਡ ਦਿਓ। ਐਂਡ 'ਚ ਇਹਦੇ 'ਚ ਕੁਛ ਰਿਜ਼ਲਟ ਨਹੀਂ ਨਿਕਲਣਾ, ਜ਼ੀਰੋ ਰਿਜ਼ਲਟ ਨਿਕਲਣਾ। ਨਾਲੇ ਤਾਂ ਤੁਸੀਂ ਜੇਲ੍ਹ ਜਾਓਗੇ, ਨਾਲੇ ਸਾਰੇ ਸਮਾਜ ਦਾ ਨੁਕਸਾਨ ਕਰ ਰਹੇ ਹੋ, ਨਾਲੇ ਜੋ ਤੁਸੀਂ ਪ੍ਰੋਪਰਟੀ ਇਹ ਕਾਲੀ ਕਮਾਈ ਕਰੋ ਕਿ ਕਰਕੇ ਤੁਸੀਂ ਇਹ ਹਾਸਲ ਕਰੋਗੇ ਉਹ ਅਸੀਂ ਜ਼ਬਤ ਕਰ ਲੈਣੀ ਹੈ। ਅਤੇ ਕੁੱਲ ਮਿਲਾ ਕੇ ਅੱਜ ਦੀ ਡੇਟ ਵਿੱਚ ਬਠਿੰਡਾ ਪੁਲਿਸ ਵੱਲੋਂ ਤਕਰੀਬਨ ਜਿਹੜੇ 26 ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਹੈ ਅਸੀਂ ਆਈਡੈਂਟੀਫਾਈ ਕਰਕੇ, ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਕੇਸ ਭੇਜੇ ਗਏ ਆ, ਜਿਨ੍ਹਾਂ ਦੇ ਕੁਛ ਦੇ ਆਰਡਰ ਅਸੀਂ ਹਾਸਲ ਕਰ ਲਏ ਆ ਅਤੇ ਕੁਛ ਦੇ ਜਿਹੜੇ ਆਰਡਰ ਹੈਗੇ ਆ ਫਰੀਜ਼ਿੰਗ ਉਹ ਆਉਣ ਵਾਲੇ ਸਮੇਂ 'ਚ ਹਾਸਲ ਕਰ ਲਾਂਗੇ। ਆਉਣ ਵਾਲੇ ਸਮੇਂ 'ਚ ਦੇਖੋਗੇ ਤੁਸੀਂ ਵੀ ਇਸ ਜਿਹੜੀਆਂ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਨੂੰ ਫਰੀਜ਼ ਕਰਾਉਣਾ, ਜ਼ਬਤ ਕਰਾਉਣਾ ਦੀ ਜਿਹੜੀ ਮੁਹਿੰਮ ਹੈਗੀ ਹੈ ਇਹਨੂੰ ਜੰਗੀ ਪੱਧਰ 'ਤੇ ਛੇੜਿਆ ਜਾਊਗਾ ਅਤੇ ਹੋਰ ਪ੍ਰੋਪਰਟੀਆਂ ਇਸ ਤਰ੍ਹਾਂ ਦੀਆਂ ਫਰੀਜ਼ ਕਰਾਈਆਂ ਜਾਣਗੀਆਂ। ਕਿੰਨੀ ਜ਼ਮੀਨ ਹੈ ਜੀ, ਕੋਈ ਵੀ ਦੱਸੋ? ਇਹ 40 ਕਨਾਲ ਜ਼ਮੀਨ ਹੈ ਜੀ, ਇਹਦੀ ਕੁੱਲ ਕੀਮਤ 58 ਲੱਖ ਰੁਪਏ। ਇਹ ਬਲਜੀਤ ਕੌਰ ਵਾਈਫ ਆਫ, ਇਹਦੀ ਮਾਲਕੀ ਬਲਜੀਤ ਕੌਰ ਵਾਈਫ ਆਫ ਵਿਸ਼ਾਲ ਕੁਮਾਰ ਹੈਗਾ। ਬਲਜੀਤ ਕੌਰ ਦੇ ਖਿਲਾਫ਼ 2 ਮੁਕੱਦਮੇ ਦਰਜ ਨੇ, 175 ਗ੍ਰਾਮ ਇਹਦੇ ਚਿੱਟਾ ਫੜਿਆ ਗਿਆ ਸੀਗਾ, ਹੋਰ ਵੀ ਪਰਚੇ ਦਰਜ ਹੈ। ਇਹਦੇ ਘਰ ਵਾਲੇ ਦੇ ਖਿਲਾਫ਼ ਤਕਰੀਬਨ 12 ਪਰਚੇ ਦਰਜ ਨੇ ਵਿਸ਼ਾਲ ਕੁਮਾਰ ਦੇ ਖਿਲਾਫ਼। ਜੇਲ੍ਹ 'ਚ ਦੋਨੇ ਕੀ? ਨਹੀਂ, ਦੋਨੋਂ ਹਲੇ ਇਸ ਵੇਲੇ ਬੇਲ 'ਤੇ ਨੇ ਜੀ। ਉਹਨਾਂ ਨੂੰ ਵੀ ਆਪਾਂ ਨੋਟਿਸ ਦਿੱਤਾ ਗਿਆ? ਉਹਨਾਂ ਨੂੰ ਵੀ ਨੋਟਿਸ ਰਿਸੀਵ ਕਰਾਵਾਂਗੇ ਜੀ। ਹਾਂਜੀ, ਅੱਜ ਇਹਨਾਂ ਦੇ ਇੱਥੇ ਅਸੀਂ ਇਹ ਬੋਰਡ ਲਾਤਾ ਅਤੇ ਜਿਹੜੇ ਇਹਨਾਂ ਦੀ ਮੋਟਰ ਹੈਗੀ ਹੈ ਅਤੇ ਅਸੀਂ ਜਿਹੜਾ ਨੋਟਿਸ ਚਿਪਕਾਤਾ, ਇਹ ਆਉਣ ਵਾਲੇ ਇਹ ਨਾ ਤਾਂ ਇਸ ਜ਼ਮੀਨ ਨੂੰ ਵੇਚ ਸਕਦੇ ਆ, ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਅਤੇ ਨਾ ਹੀ ਇਸ 'ਤੇ ਕੋਈ ਲੋਨ ਲੈ ਸਕਦੇ। ਮਾਣਯੋਗ ਸੀਐਮ ਸਾਹਿਬ ਪੰਜਾਬ, ਮਾਣਯੋਗ ਡੀਜੀ ਸਾਹਿਬ ਪੰਜਾਬ ਅਤੇ ਮਾਣਯੋਗ ਐਸਐਸਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਿਸ ਵਚਨਬੱਧ ਹੈ ਕਿ ਬਠਿੰਡਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਾਇਆ ਜਾਵੇ। ਇਸ ਲਈ ਅਸੀਂ ਜੰਗੀ ਪੱਧਰ 'ਤੇ ਨਸ਼ਾ ਤਸਕਰਾਂ ਦੇ ਖਿਲਾਫ਼ ਮੁਹਿੰਮ ਛੇੜੀ ਹੋਈ ਹੈ, ਜਿਸ ਦੇ ਤਹਿਤ ਵੱਡੀ ਪੱਧਰ 'ਤੇ ਪਰਚੇ ਦਰਜ ਕਰਕੇ ਨਸ਼ਾ ਤਸਕਰਾਂ ਤੋਂ ਰਿਕਵਰੀ ਕਰਵਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ। ਇਸ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ, ਹੋਰ ਇਫੈਕਟਿਵ ਬਣਾਉਣ ਲਈ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਜੋ ਕਾਲੀ ਕਮਾਈ ਉਹਨਾਂ ਵੱਲੋਂ ਯੂਜ਼ ਕਰਕੇ ਜੋ ਪ੍ਰੋਪਰਟੀਆਂ ਬਣਾਈਆਂ ਗਈਆਂ, ਜਿਵੇਂ ਕਿ ਜ਼ਮੀਨ ਹੋਵੇ, ਚਾਹੇ ਉਹ ਦੁਕਾਨ ਹੋਵੇ, ਚਾਹੇ ਉਹ ਗੱਡੀ ਹੋਵੇ, ਚਾਹੇ ਮੋਟਰਸਾਈਕਲ ਹੋਵੇ, ਉਹਨਾਂ ਨੂੰ ਵੀ ਅਸੀਂ ਫਰੀਜ਼ ਕਰਾਉਣ ਦੀ ਇੱਕ ਮੁਹਿੰਮ ਆਰੰਭੀ ਹੈ। ਉਸੇ ਤਹਿਤ ਅੱਜ ਪਿੰਡ ਡਿੱਖ ਵਿਖੇ ਇੱਕ 40 ਕਨਾਲ ਦੀ ਜਿਹੜੀ ਜ਼ਮੀਨ ਹੈਗੀ ਹੈ, ਦਲਜੀਤ ਕੌਰ ਵਾਈਫ ਆਫ ਵਿਸ਼ਾਲ ਸ਼ਰਮਾ ਉਸ ਦੀ ਮਾਲਕੀ ਹੈ। ਇਹ ਕੁੱਲ ਇਹਦੀ ਜਿਹੜੀ ਕੀਮਤ ਹੈ 58 ਲੱਖ ਹੈ। ਇਸ ਦੇ ਅਸੀਂ ਫਰੀਜ਼ਿੰਗ ਆਰਡਰ ਜਿਹੜੇ ਹੈਗੇ ਆ ਉਹ ਹਾਸਲ ਕਰਕੇ ਅੱਜ ਇਹਨੂੰ ਫਰੀਜ਼ਿੰਗ ਆਰਡਰ ਲਾਏ ਆ। ਇਹ ਜ਼ਮੀਨ ਮਾਲ ਮਹਿਕਮੇ 'ਚ ਇੰਦਰਾਜ ਕਰਵਾਇਆ ਗਿਆ, ਨਾ ਤਾਂ ਅੱਗੇ ਵੇਚ ਸਕਦੇ ਆ,
ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਆ ਅਤੇ ਨਾ ਹੀ ਇਸ 'ਤੇ ਕੋਈ ਲੋਨ ਲੈ ਸਕਦੇ ਆ। ਬਾਲਿਆਂਵਾਲੀ ਦਾ ਥਾਣੇ ਦਾ ਪਿੰਡ ਡਿੱਖ ਸਬ ਡਿਵੀਜ਼ਨ ਮੌੜ 'ਚ ਜ਼ਮੀਨ ਪੈਂਦੀ ਹੈ। ਇਸ ਮੌਕੇ 'ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦੇਣਾ ਚਾਹੁੰਦਾ ਕਿ ਇਹ ਮਾੜਾ ਕੰਮ ਛੱਡ ਦਿਓ। ਐਂਡ 'ਚ ਇਹਦੇ 'ਚ ਕੁਛ ਰਿਜ਼ਲਟ ਨਹੀਂ ਨਿਕਲਣਾ, ਜ਼ੀਰੋ ਰਿਜ਼ਲਟ ਨਿਕਲਣਾ। ਨਾਲੇ ਤਾਂ ਤੁਸੀਂ ਜੇਲ੍ਹ ਜਾਓਗੇ, ਨਾਲੇ ਸਾਰੇ ਸਮਾਜ ਦਾ ਨੁਕਸਾਨ ਕਰ ਰਹੇ ਹੋ, ਨਾਲੇ ਜੋ ਤੁਸੀਂ ਪ੍ਰੋਪਰਟੀ ਇਹ ਕਾਲੀ ਕਮਾਈ ਕਰੋ ਕਿ ਕਰਕੇ ਤੁਸੀਂ ਇਹ ਹਾਸਲ ਕਰੋਗੇ ਉਹ ਅਸੀਂ ਜ਼ਬਤ ਕਰ ਲੈਣੀ ਹੈ। ਅਤੇ ਕੁੱਲ ਮਿਲਾ ਕੇ ਅੱਜ ਦੀ ਡੇਟ ਵਿੱਚ ਬਠਿੰਡਾ ਪੁਲਿਸ ਵੱਲੋਂ ਤਕਰੀਬਨ ਜਿਹੜੇ 26 ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਹੈ ਅਸੀਂ ਆਈਡੈਂਟੀਫਾਈ ਕਰਕੇ, ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਕੇਸ ਭੇਜੇ ਗਏ ਆ, ਜਿਨ੍ਹਾਂ ਦੇ ਕੁਛ ਦੇ ਆਰਡਰ ਅਸੀਂ ਹਾਸਲ ਕਰ ਲਏ ਆ ਅਤੇ ਕੁਛ ਦੇ ਜਿਹੜੇ ਆਰਡਰ ਹੈਗੇ ਆ ਫ੍ਰੀਜ਼ਿੰਗ, ਉਹ ਆਉਣ ਵਾਲੇ ਸਮੇਂ 'ਚ ਹਾਸਲ ਕਰ ਲਾਂਗੇ। ਆਉਣ ਵਾਲੇ ਸਮੇਂ 'ਚ ਦੇਖੋਗੇ ਤੁਸੀਂ ਵੀ ਇਸ ਜਿਹੜੀਆਂ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਨੂੰ ਫ੍ਰੀਜ਼ ਕਰਾਉਣਾ, ਜ਼ਬਤ ਕਰਾਉਣਾ ਦੀ ਜਿਹੜੀ ਮੁਹਿੰਮ ਹੈਗੀ ਹੈ ਇਹਨੂੰ ਜੰਗੀ ਪੱਧਰ 'ਤੇ ਛੇੜਿਆ ਜਾਊਗਾ ਅਤੇ ਹੋਰ ਪ੍ਰੋਪਰਟੀਆਂ ਇਸ ਤਰ੍ਹਾਂ ਦੀਆਂ ਫ੍ਰੀਜ਼ ਕਰਾਈਆਂ ਜਾਣਗੀਆਂ। ਕਿੰਨੀ ਜ਼ਮੀਨ ਹੈ ਜੀ, ਕੋਈ ਦੱਸੋ? ਇਹ 40 ਕਨਾਲ ਜ਼ਮੀਨ ਹੈ ਜੀ, ਇਹਦੀ ਕੁੱਲ ਕੀਮਤ 58 ਲੱਖ ਰੁਪਇਆ। ਇਹ ਮੇਰਾ ਹੈਗਾ ਵਿਅਕਤੀ ਹੈ, ਇਹ ਤੋਂ ਆਪ ਕਿੰਨਾ ਕਿੰਨਾ ਸਫਦਾ ਕਿ ਇਹ ਬਲਜੀਤ ਕੌਰ ਵਾਈਫ ਆਫ, ਇਹਦੀ ਮਾਲਕੀ ਬਲਜੀਤ ਕੌਰ ਵਾਈਫ ਆਫ ਵਿਸ਼ਾਲ ਕੁਮਾਰ ਹੈਗਾ। ਬਲਜੀਤ ਕੌਰ ਦੇ ਖਿਲਾਫ 2 ਮੁਕੱਦਮੇ ਦਰਜ ਨੇ, 175 ਗ੍ਰਾਮ ਇਹਦੇ ਚਿੱਟਾ ਫੜਿਆ ਗਿਆ ਸੀਗਾ, ਹੋਰ ਵੀ ਪਰਚੇ ਦਰਜ ਹੈ। ਇਹਦੇ ਘਰ ਵਾਲੇ ਦੇ ਖਿਲਾਫ ਤਕਰੀਬਨ 12 ਪਰਚੇ ਦਰਜ ਨੇ ਵਿਸ਼ਾਲ ਕੁਮਾਰ ਦੇ ਖਿਲਾਫ। ਜੇਲ੍ਹ 'ਚ ਦੋਨੇ ਕੀ? ਨਹੀਂ, ਦੋਨੋਂ ਹਲੇ ਇਸ ਵੇਲੇ ਬੇਲ 'ਤੇ ਨੇ ਜੀ। ਉਹਨਾਂ ਨੂੰ ਵੀ ਆਪਾਂ ਨੋਟਿਸ ਦਿੱਤਾ ਕਿ ਕਰਨਾ? ਉਹਨਾਂ ਨੂੰ ਵੀ ਨੋਟਿਸ ਰਿਸੀਵ ਕਰਾਵਾਂਗੇ ਜੀ। ਹਾਂਜੀ, ਅੱਜ ਇਹਨਾਂ ਦੇ ਇੱਥੇ ਅਸੀਂ ਇਹ ਬੋਰਡ ਲਾਤਾ ਅਤੇ ਜਿਹੜੇ ਇਹਨਾਂ ਦੀ ਮੋਟਰ ਹੈਗੀ ਹੈ ਅਤੇ ਅਸੀਂ ਜਿਹੜਾ ਨੋਟਿਸ ਚਿਪਕਾਤਾ, ਇਹ ਆਉਣ ਵਾਲੇ ਇਹ ਨਾ ਤਾਂ ਇਹ ਜ਼ਮੀਨ ਨੂੰ ਵੇਚ ਸਕਦੇ ਆ, ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਅਤੇ ਨਾ ਹੀ ਇਸ 'ਤੇ ਕੋਈ ਲੋਨ ਲੈ ਸਕਦੇ।